ਤੁਸੀਂ ਰਾਜਨੀਤੀ ਚ ਬਈ ਕਿਸੇ ਪਾਰਟੀ ਨਾਲ ਜੁੜ ਕੇ ਲੀਡਰ ਬਣਾਉਣਾ ਚਾਹੋਗੇ ਕਿ ਇੱਕ ਕੱਲਾ ਲੀਡਰ ਬਣਾਉਣਾ ਚਾਹੋਗੇ ਵਿਦਆਊਟ ਪਾਰਟੀ ਵਕਤ ਦੱਸਦਾ ਹੁੰਦਾ ਮੈਨੂੰ ਲੱਗਦਾ ਕਿ ਹੁਣ ਅੱਜ ਤੋਂ 5 ਸਾਲ ਪਹਿਲੇ ਕੋਈ ਆਮ ਆਦਮੀ ਪਾਰਟੀ ਨਹੀਂ ਸੀ ਜਾਣਾ ਜਾਂਦਾ ਅੱਜ ਹਰ ਕੋਈ ਆਮ ਆਦਮੀ ਪਾਰਟੀ ਜਾਂਦੀ ਉਡੀਕ ਕਰੀ ਜਾਂਦਾ ਹਰ ਕੋਈ ਵਿਨਿੰਗ ਟੀਮ ਚ ਜਾਣਾ ਚਾਹੁੰਦਾ ਐ ਅੱਜ ਜੇ ਮੈਂ ਕਹਿੰਦਾ ਵੀ ਜੀ ਮੈਂ ਇੰਡੀਪੈਂਡੈਂਟ ਕਰਾਵਾਂ ਜਾਂ ਕਰਾਣਾ ਚਾਹਾਂ ਮੈਨੂੰ ਤਾਂ ਰਾਜਨੀਤੀ ਯਾ ਸਮਾਜ ਐਜ਼ ਅ ਹੋਲ ਐਨ ਜੀਓ ਵੀ ਹੈਨਾ ਜਿਵੇਂ ਮੈਂ ਪਹਿਲਾਂ ਕਹਿੰਦਾ ਸੀਗਾ ਅਸੀਂ ਨਾ ਫੰਡ ਨਹੀਂ ਰੇਜ਼ ਕਰਨੇ ਫਿਰ 2018 ਚ ਕੇਰਲਾ ਫਲੱਡ ਆਈ ਸਾਨੂੰ ਕਰਨੇ ਪੈਗੇ ਕਿ ਕੁਝ ਵੀ ਆ ਨਾ ਕਹੋ ਵੀ ਇਹ ਤਾਂ ਇਦਾਂ ਹੀ ਹੈ ਕਿਉਂਕਿ ਇਨਸਾਨ ਵੀ ਬਦਲਦਾ ਹੈ ਬੜੇ ਸਾਲਾਂ ਚ ਅਸੀਂ ਗਲਤੀਆਂ ਕਰਦੇ ਆ ਸਿਚੁਏਸ਼ਨਸ ਵੀ ਬਦਲਦੀਆਂ ਮੈਂ ਕਹਿੰਦਾ ਵੀ ਹਾਂ ਲੀਡਰਸ਼ਿਪ ਕ੍ਰੀਏਟ ਕਰਨੀ ਹੈ ਜੀਂਦੇ ਜੀ ਯੂਥ ਲੀਡਰਸ਼ਿਪ ਤੇ ਕੰਮ ਕਰਨਾ ਹੈ ਕਿੱਦਾਂ ਕਰਨਾ ਹੈ ਕਿਵੇਂ ਹੋਊਗਾ ਉਹ ਵਕਤ